ਸ਼ਤਰੀਆ ਕਾਲ ਦੋਸਤੋ ਇੱਕ ਵਾਰ ਤੋਂ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦਿਨ ਭਰ ਦੀਆਂ ਤਾਜ਼ਾ ਖਬਰਾਂ ਤੇ ਮੈਂ ਹਾਂ ਬਲਵਿੰਦਰ ਬਾਬਾ ਤੇ ਲੈ ਕੇ ਹਾਜ਼ਰ ਹੋਇਆ ਜੀ ਹਰ ਰੋਜ਼ ਦੀ ਤਰ੍ਹਾਂ ਅੱਜ ਦਿਨ ਭਰ ਦੀਆਂ ਤਾਜ਼ਾ ਖਬਰਾਂ ਖਬਰਾਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਜੁੜੋ ਸਬਸਕ੍ਰਾਈਬ ਕਰੋ ਕਿਉਂਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਫ੍ਰੀ ਹੈ ਪਰ ਸਾਨੂੰ ਇਸ ਨਾਲ ਮੋਟੀਵੇਸ਼ਨ ਮਿਲੇਗਾ ਤੇ ਅਸੀਂ ਹਰ ਰੋਜ਼ ਦੀ ਤਰ੍ਹਾਂ ਇਸੇ ਤਰ੍ਹਾਂ ਪੰਜਾਬ ਦੀਆਂ ਜਈਆਂ ਹੋਰ ਵੱਡੀਆਂ ਤਾਜ਼ਾ ਖਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਰਵਾਂਗੇ ਤਾਂ ਸ਼ੁਰੂਆਤ ਕਰ ਲੈਣਾ ਜੀ ਪੰਜਾਬ ਦੀ ਸਭ ਤੋਂ ਪਹਿਲੀ ਅਤੇ ਵੱਡੀ ਖਬਰ ਤੋਂ ਨਹੀਂ ਲੱਗਣਗੇ 스마트 ਬਿਜਲੀ ਮੀਟਰ ਕੇਂਦਰ ਨੇ ਪ੍ਰੋਜੈਕਟ ਰੋਕਿਆ ਤਾਂ ਹਾਂਜੀ ਦੋਸਤੋ 스마트 ਗ੍ਰਿਡ ਪ੍ਰੋਜੈਕਟ ਤਹਿਤ 28 ਕਰੋੜ ਰੁਪਏ ਖਰਚ ਕਰਕੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਪਾਇਲਟ ਪ੍ਰੋਜੈਕਟ ਚਲਾਏ ਗਏ ਕਈ ਸੈਕਟਰਾਂ ਤੇ ਪਿੰਡਾਂ ਵਿੱਚ ਬਿਜਲੀ ਦੇ 스마트 ਮੀਟਰ ਲਗਾਏ ਗਏ ਹਨ ਇਸ ਤੋਂ ਬਾਅਦ 241 ਕਰੋੜ ਰੁਪਏ ਨਾਲ ਪੂਰੇ ਸ਼ਹਿਰ ਵਿੱਚ 스마트 ਮੀਟਰ ਲਗਾਉਣ ਦੀ ਯੋਜਨਾ ਸੀ ਪਰ ਕੇਂਦਰ ਸਰਕਾਰ ਨੇ ਇਸ ਤੇ ਰੋਕ ਲਗਾ ਦਿੱਤੀ ਹੈ ਦੱਸ ਦਈਏ ਕਿ ਪਾਇਲਟ ਪ੍ਰੋਜੈਕਟ ਨੂੰ ਪੂਰਾ ਕਰਨ ਤੋਂ ਬਾਅਦ ਯੂਟੀ ਪ੍ਰੋਸੈਸਰ ਨੇ ਪੂਰੇ ਸ਼ਹਿਰ ਵਿੱਚ ਸਮਾਰਟ ਬਿਜਲੀ ਮੀਟਰ ਲਗਾਉਣ ਲਈ ਕੇਂਦਰ ਸਰਕਾਰ ਨੂੰ ਫਾਈਲ ਭੇਜੀ ਸੀ ਇਸ ਦੇ ਜਵਾਬ ਵਿੱਚ ਪ੍ਰਸ਼ਾਸਨ ਵੱਲੋਂ ਇਸ ਸਕੀਮ ਤੇ ਅੱਗੇ ਕੰਮ ਨਾ ਕਰਨ ਦੀ ਗੱਲ ਆਖੀ ਗਈ। ਅਗਲੀ ਖਬਰ ਪਣਬੱਸ ਦੇ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਚੱਕਾ ਜਾਮ ਯਾਤਰੀ ਹੋਏ ਖੱਜਲਖਵਾਰ ਤਾਂ ਹਾਂਜੀ ਦੋਸਤੋ ਲੁਧਿਆਣਾ ਵਿੱਚ ਪਣਬੱਸ ਪੀਆਰਟੀਸੀ ਚੱਕਾ ਜਾਮ ਕੀਤਾ ਗਿਆ ਹੈ ਜਿਸ ਦੇ ਚੱਲਦੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਲ੍ਹੇ ਵਿੱਚ ਪਿਛਲੇ 5 ਦਿਨਾਂ ਤੋਂ ਪਨਵਸ ਪੀਆਰਟੀਸੀ ਵੱਲੋਂ ਪੰਜਾਬ ਵਿੱਚ ਚੱਕਾ ਜਾਮ ਕੀਤਾ ਗਿਆ ਹੈ ਕੱਚੇ ਮੁਲਾਜ਼ਮਾਂ ਦਾ ਪੰਜਾਬ ਸਰਕਾਰ ਦੇ ਖਿਲਾਫ ਧਰਨਾ ਲਗਾਤਾਰ ਜਾਰੀ ਹੈ ਦੱਸ ਦੇ ਕਿ ਪਨਵਸ ਦੇ ਆਗੂਆਂ ਦੇ ਨਾਲ ਪੰਜਾਬ ਵੱਲੋਂ ਇੱਕ ਪ੍ਰਮੁੱਖ ਸਕੱਤਰ ਹਿਮਾਂਸੂ ਜੈਨ ਦੇ ਨਾਲ ਮੀਟਿੰਗ ਹੈ ਤੇ 24 ਨਵੰਬਰ ਨੂੰ ਟ੍ਰਾਂਸਪੋਰਟ ਮੰਤਰੀ ਪੰਜਾਬ ਨਾਲ ਵੀ ਮੀਟਿੰਗ ਤੈਅ ਹੋਈ ਹੈ ਪਰ ਪਨਵਸ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਧਰਨਾ ਲਗਾਤਾਰ ਜਾਰੀ ਹੈ ਦੱਸ ਦੇ ਕਿ ਸਰਕਾਰੀ ਬੱਸਾਂ ਪੂਰਨ ਤੌਰ ਤੇ ਬੰਦ ਹੈ ਜੈਦੇ ਚਾਲਦੇ ਨੇ ਦੋਸਤੋ ਸਾਰੀਆਂ ਔਰਤਾਂ ਨਹੀਂ ਗਈਆਂ ਉਹਨਾਂ ਨੂੰ ਵੀ ਮੁਫਤ ਸਫ਼ਰ ਦੀ ਦੀ ਸਹੂਲਤ ਆ ਉਹ ਨਹੀਂ ਮਿਲ ਪਾ ਰਹੀ ਅਗਲੀ ਖਬਰ 17 ਨਵੰਬਰ ਦਾ ਦਿਨ ਵੀਰਵਾਰ ਦੀ ਲੋਕਲ ਛੁੱਟੀ ਦੇਖੋ ਕਿਹੜੇ ਸਕੂਲ ਤੇ ਕਾਲਜ ਰਹਿਣਗੇ ਬੰਦ ਤਾਂ ਦੋਸਤੋ ਭਾਰਤੀ ਮਾਤਾ ਦੇ ਮਹਾਨ ਸਪੂਤ ਲਲ ਰਾਜਪート ਰਾਏ ਜਿਹਦਾ ਸੀਧੀ ਦੇਵਸ ਜੋ ਕੇ 17 ਨਵੰਬਰ ਦਿਨ ਵੀਰਵਾਰ ਨੂੰ ਆ ਰਿਹਾ ਹੈ ਸੋ ਪੰਜਾਬ ਦੇ ਬਹੁਤ ਸਾਰੇ ਪ੍ਰਾਈਵੇਟ ਅਤੇ ਮਾਨਤਾ ਪ੍ਰਾਪਤ ਕਾਲਜ ਅਤੇ ਦੋਸਤੋ ਸਕੂਲ ਇਸ ਦੇ ਨਾਲ ਹੀ ਵੱਡੇ ਵੱਡੇ ਤਿਹਾਰਾਂ ਤੇ ਮਹੱਤਵਪੂਰਨ ਦਿਨਾਂ ਤੇ ਦਾ ਛੁੱਟੀਆਂ ਕਰਦੇ ਹੀ ਹਨ ਪਰ ਹਰੇਕ ਸਾਲ ਆਪਣੇ ਕੁਝ ਵਿਸ਼ੇਸ਼ ਰੱਖਵੇਂ ਛੁੱਟੀਆਂ ਵੀ ਰੱਖਦੇ ਹਨ ਤਾਂ ਜੋ ਇਸ ਇਹਨਾਂ ਦੋਸਤੋ ਮਹੱਤਵਪੂਰਨ ਤਿਹਾਰਾਂ ਜਾਂ ਫਿਰ ਜਿਹੜੇ ਹੁੰਦੇ ਨੇ ਆਪਣੇ ਦੋਸਤ ਕਿ ਮਹੱਤਵਪੂਰਨ ਦਿਹਾੜੇ ਇਹਨਾਂ ਉੱਪਰ ਦੋਸਤੋ ਆਪਣੇ ਬੱਚਿਆਂ ਨੂੰ ਛੁੱਟੀ ਕਰ ਸਕਣ ਸੋ ਦੋਸਤੋ ਪੰਜਾਬ ਦੇ ਬਹੁਤੇ ਪ੍ਰਾਈਵੇਟ ਸਕੂਲ ਤੇ ਕਾਜ ਜਦਨ ਆਪਣੀ ਲੋਕਲ ਛੁੱਟੀ ਘੋਸ਼ਿਤ ਕਰ ਸਕਦੇ ਹਨ ਤਾਂ ਜੋ ਵਿਦਿਆਰਥੀ ਆਪਣੇ ਘਰ ਵਿੱਚ ਰਹਿ ਕੇ ਅਜੇ ਭਾਰਤ ਮਾਤਾ ਦੇ ਵੀਰ ਸਪੂਤਾਂ ਬਾਰੇ ਹੋਰ ਜਾਣਕਾਰੀ ਹਾਸਲ ਕਰ ਸਕਣ ਤੋ ਦੋਸਤੋ ਹੁਣੇ ਤੁਹਾਡਾ ਕੰਮ ਹੈ ਕਿ ਜੇਕਰ ਤੁਹਾਡੇ ਸਕੂਲ ਦੇ ਵੱਲੋਂ ਤੁਹਾਨੂੰ ਇਸ ਸੰਬੰਧੀ ਕੋਈ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਗਈ ਕਿ ਛੁੱਟੀ ਹੋਵੇਗੀ ਜਾਂ ਅੱਧਾ ਦਿਨ ਛੁੱਟੀ ਹੋਵੇਗੀ ਜਾਂ ਫਿਰ ਤੁਹਾਡੇ ਸਕੂਲ ਅਤੇ ਕੱਲ੍ਹ ਖੁੱਲੇ ਹੀ ਰਹਿਣਗੇ ਜੇਕਰ ਦੋਸਤੋ ਤੁਹਾਡੇ ਸਕੂਲ ਦੇ ਵੱਲੋਂ ਛੁੱਟੀ ਦਾ ਐਲਾਨ ਨਹੀਂ ਵੀ ਕੀਤਾ ਗਿਆ ਤਾਂ ਵੀ ਦੋਸਤੋ ਜੀ गाइस ਕਮੈਂਟ ਕਰਨਾ ਨਾ ਭੁੱਲਣਾ ਜੇਕਰ ਕੀਤਾ ਗਿਆ ਤਾਂ ਦੋਸਤੋ ਯਸ ਵਿੱਚ ਜਵਾਬ ਦੇਣਾ ਜੇ ਨਹੀਂ ਕੀਤਾ ਗਿਆ ਤਾਂ ਨੋ ਵਿੱਚ ਜਵਾਬ ਦੇ ਕੇ ਸੈਂਡ ਕਰਨਾ ਅੱਜੀ ਵੀਡੀਓ ਵਿੱਚ बस ਇੰਨਾ ਹੀ ਜੇਕਰ ਜਾਣਕਾਰੀ ਚੰਗੀ ਲੱਗੀ ਵਾ ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਵੀਡੀਓ ਲਾਈਕ ਤੇ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਰੱਬ ਰੱਖਾ ਫਿਰ ਮਿਲਾਂਗੇ ਸੇ ਹੋਰ ਨਵੀਂ ਵੀਡੀਓ ਵਿੱਚ ਧੰਨਵਾਦ